अस्सलाम वालेकुम जी, वेलकम टू न्यू ब्लॉग। मुझे कहता सर ठीक ठाक हो गए। मैं आया जी हवेली पानी लैन घर के पीने वास्ते, लाइट जी बंद हो गई है। इन्हें मेरा पानी लाना सी, तो उन्हें एक पानी लै जाइए तो चलते हैं पानी लैन। तो गाइस उसे पहुँच गए, नलके लग गए। अलहमदुल्ला पानी चक लिया, जाने घर पानी लैके। चक पसीना देखो मैंने किन्ना। ये तो गाइस मैं आया अपने खेतों में, पीछे तो मेरे देख रहे मोटर है। गाइस आ केरा पट्टिया ना, ये विच तारा पाइया, तुम दिखा इतों आ देख वो तार पई। आ देखो है ना, खोदते ना इतने तारा पाइया। आ देखो मैं लगता लाइटिंग कड़ी कर लगे मोटर के उत्ते, रात दिन चलती है इस तरह का कोई सिस्टम नहीं लगता कर लगे। इतना वाड़ जी लगी थी ना सारी ना तोड़ के वह सीटते सीखा दी। देखो दरख्त तो सारे ना पट पुट दते आ खाला आंदे आ। मोटर ये थले खाला आंदे साडा। गाइस मैं अभी जैसा तुम्हें पता कि पिछले बारिश पई हैं, तीन दिन लगातार बहुत काफ़ी ज़्यादा बारिश हुई है। बारिश पैन की वजह ना खेत गिरे गिले हो गए थे, तो हूँ बत्तर च आए हैं, तो सुबह ना बहावे बहा के फिर
ਬਰਸਾਂ ਬੀਜਾਂਗੇ ਇਹਦੇ ਵਿੱਚ। ਆਹ ਅਸੀਂ ਰੂੜੀ ਖਿਲਾਰੀ ਆ, ਤਿੰਨ ਦਿਨ ਕਿਹੜੇ ਬਹੁਤ ਕਾਫੀ ਬਾਰਿਸ਼ ਹੋਈ, ਖੇਤ ਕਿਹੜੇ ਬਹੁਤ ਗਿੱਲੇ ਹੋਏ, ਇਸ ਵਾਸਤੇ ਕਿਹੜੇ ਖੇਤ ਆ ਤਿਆਰ ਛੇਤੀ ਨਹੀਂ ਹੋਏ। ਆਹ ਖੇਤ ਦਾ ਲੈਵਲ ਕੀਤਾ ਜੀ ਉਹਨਾਂ ਨੇ, ਆਹ ਮਿੱਟੀ ਸਾਰੀ ਨਾ ਇੱਥੇ ਨਾਲ ਲਾ ਤੀ। ਸਾਡਾ ਕਿਹੜਾ ਉਹ ਪਰੇ ਖੇਤ ਆ, ਜਾਂਦੇ ਅਗਲੇ ਖੇਤ 'ਚ। ਆਹ ਦੇਖੋ ਜੀ ਪੈਲੀ ਵਾਹਤੀ ਆ, ਇਹ 'ਚ ਬਰਸਾਂ ਵਗੈਰਾ ਬੀਜਣਾ ਉਹਨਾਂ ਨੇ। ਆਹ ਘਾਹ ਬੀਜਿਆ, ਆਹ ਗਾਜ ਕਿਹਾ ਘਾਹ ਨਾ ਸਦਾ ਬਹਾਰ ਘਾਹ ਵਾ ਇਹ, ਯਾਨੀ ਕਿ ਸਦਾ ਬਹਾਰ ਯਾਨੀ ਕਿ ਘਾਹ ਹੋਈ ਜਾਂਦਾ, ਇੱਕ ਦੋ ਪਾਣੀ ਲਾ ਦੇਣਾ ਉਦੋਂ ਇਹਨੇ ਹੋ ਜਾਣਾ। ਦੇਖੋ ਮਾਸ਼ਾਅੱਲਾ ਕਿੰਨਾ ਘਾਹ, ਇੱਧਰ ਕਿਹੜੀ ਚਰੀ ਆ, ਆਹ ਗਾਚਾ ਬੀਜਿਆ, ਇੱਧਰ ਕੁਮਾਰ ਦਾ ਮਾਸ਼ਾਅੱਲਾ ਸੂੜੇ ਕਿਹੜਾ ਢਲਦਾ ਜਾਂਦੇ ਆ, ਗਰੂਬ ਹੋਣਦੇ ਆ, ਸ਼ਾਮ ਦਾ ਟਾਈਮ। ਮੈਂ ਅਸੀਂ ਖੇਤਾਂ ਦੇ ਵਿੱਚ ਗੇੜਾ ਮਾਰਨ ਕਿ ਪੈ ਲਈ, ਦੇਖਾਂ ਗਿੱਲੀ ਆ ਕਿ ਜਾਂ ਸੁੱਕੀ ਆ, ਤੋ ਮੈਂ ਦੇਖ ਲਿਆ ਠੀਕ ਆ, ਬੱਤਰ ਆ ਗਈ ਆ। ਸੁਬਾਹ ਮੈਂ ਇਹਨਾਂ ਟਰੈਕਟਰ ਲੈ ਕੇ ਬਹਾਵਾਂਗੇ ਅਤੇ ਤਿਆਰ ਕਰਦੇ ਹਾਂ ਬਰਸਾਂ ਵਾਸਤੇ। ਆਹ ਗਾਇ ਸਾਈ ਕੇ ਗਿੱਲੀ ਆ ਪੈਲੀ, ਗਾਇ ਜਾ ਦੇਖੋ ਜਿਹੜਾ ਪੈਂਚਰ ਹੋ ਗਿਆ, ਇੱਥੇ ਖਿਲਾਰਤਾ ਦੁਪਹਿਰ ਦਾ। ਆਹ ਪੱਠੇ ਆ ਲਿਆ ਜੀ, ਇੱਟਾਂ ਲਾਈਆਂ ਕਿਹੜੀਆਂ ਪੱਗ ਗਈਆਂ, ਜਿਸ ਸਟਾਪ ਕੀਤੀਆਂ ਇਹ, ਕਿ ਪੱਠੇ ਕਿਤੇ ਬੰਦ ਹੁੰਦੇ ਨਾ ਸਰਦੀਆਂ ਨੂੰ, ਕਿਤੇ ਧੁੰਦਾ ਪੈਣ ਲੱਗ ਪੈਣੀਆਂ, ਉਦੋਂ ਇਹ ਇੱਟਾਂ ਕਹਿਣੀਆਂ ਉਦੋਂ ਇਹ ਵੇਚਣੀਆਂ ਉਹਨਾਂ ਨੇ, ਇਸ ਵਾਸਤੇ ਇਹਨਾਂ ਸਟਾਪ ਕੀਤੀਆਂ ਕਿ ਉਦੋਂ ਵੇਚੀਆਂ ਜਾਏ। ਉਦੋਂ ਭੱਠੇ ਬੰਦ ਹੋ ਜਾਂਦੇ ਸਮੋਕ ਦੀ ਵਜ੍ਹਾ ਨਾਲ, ਹਕੂਮਤ ਐਲਾਨ ਕਰ ਦਿੰਦੇ ਕਿ ਭੱਠੇ ਬੰਦ ਕਰ ਦੇ, ਇਸ ਵਾਸਤੇ ਇਹਨਾਂ ਇੱਟਾਂ ਕਿਹੜੀਆਂ ਨਾ ਸਟਾਪ ਕੀਤੀਆਂ, ਫਿਰ ਉਦੋਂ ਵੇਚਣਗੇ। ਸੂਰਜ ਮਾਸ਼ਾਅੱਲਾ ਢਲ ਗਿਆ ਜੀ, ਹੁਣ ਗਾ ਜੀ ਚੱਲਦੇ ਹਾਂ ਘਰ, ਕਿਉਂਕਿ ਮੈਂ ਅਸੀਂ ਗੇੜਾ ਮਾਰ ਪੈਲੀ ਦੇਖਣ ਤੋਂ ਪਹਿਲੇ ਅਸੀਂ ਦੇਖ ਲਈਏ, ਚੱਲਦੇ ਹਾਂ ਘਰ। ਕਾਲੇ ਦਾ ਦੇਖੋ ਕੀ ਹਾਲ ਹੈ, ਗਾਇਸ ਮੈਂ ਜਾ ਰਿਹਾ ਹਾਂ ਘਰ ਵਾਪਸ, ਮੋੜ ਰਹੇ ਕਿਹੜੀ ਪਾਰ ਕਰਦੇ ਹਾਂ ਗਲਾਸ। ਆ ਦੇਖ ਕੰਟੇਨਰ ਜਾ ਰਿਹਾ, ਗਾਜੀ ਭੱਜ ਕੇ ਕ੍ਰਾਸ ਕਰਨਾ ਪੈਂਦਾ ਕਿਉਂਕਿ ਟ੍ਰੈਫਿਕ ਜ਼ਿਆਦਾ ਹੁੰਦੀ ਹੈ। ਦੇਖੋ ਸਮਾਨ ਲੱਦਿਆ, ਦੇਖੋ ਗਾਜ
बारिश पैन की वजह ना पानी कड़ा खेत कड़ा नीवा वा मिट्टी चक्की तो बारिश पैन की वजह देखो पानी कि खलोता ये तोड़ो तोड़ो पानी भरया मैं घर आ गया बहुत थक गया सफर बहुत सी गाय अज की वीडियो होनी सी अगर वीडियो अच्छी लगे लाइक शेयर सब्सक्राइब करेंगे नेक्स्ट वीडियो मिलेंगे अपना बहुत सारा ख्याल रखिए दुआ याद रखिए अल्लाह।